ਸ਼੍ਰੀਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਹੈ ਮਨੀ ਔਰ ਪਿੰਡ ਅਬੁਲ ਪੁਰਾਣਾ ਸ਼ਹਿਰ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹਾਂ। ਸੋ ਮੈਂ ਆਪਣੀ ਸਟੋਰੀ ਦੀ ਜੇ ਗੱਲ ਕਰਾਂ ਤਾਂ ਮੇਰੀ ਜੋ ਸਟੱਡੀ ਚੱਲ ਰਹੀ ਸੀ 2015 ਦੇ ਵਿੱਚ ਔਰ ਉਸ ਦੌਰਾਨ 15 ਮਈ 2015 ਨੂੰ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਮੰਦਭਾਗਾ ਦਿਨ ਆਇਆ ਜਿਸ ਦਿਨ ਮੇਰੇ ਪਾਪਾ ਜੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਔਰ 18 ਮਈ 2015 ਨੂੰ ਮੇਰੇ ਬੀਟੈਕ ਕਰ ਰਿਹਾ ਸੀ ਮੈਂ, ਮੇਰੇ ਫਾਈਨਲ ਐਗਜ਼ਾਮ ਸੀ ਔਰ ਮੇਰੀ ਸਟੱਡੀ ਦਿੱਲੀ ਦੇ ਵਿੱਚ ਚੱਲ ਰਹੀ ਸੀ ਔਰ ਮੈਨੂੰ 15 ਮਈ 2015 ਨੂੰ ਸ਼ਾਮ ਨੂੰ ਇੱਕ ਫੋਨ ਆਉਂਦਾ ਕਿ ਤੁਸੀਂ ਘਰ ਆ ਜਾਓ ਔਰ ਉਸ ਦੌਰਾਨ ਮੈਨੂੰ ਇੱਕਦਮ ਸਭ ਕੁਛ ਲੱਗਿਆ ਕਿ ਕੀ ਹੋ ਰਿਹਾ, ਮੈਨੂੰ ਘਰ ਅਚਾਨਕ ਕਿਉਂ ਬੁਲਾਇਆ ਜਾ ਰਿਹਾ। ਸੋ ਜਦ ਮੈਂ ਘਰ ਪਹੁੰਚਿਆ ਤਾਂ ਮੇਰੇ ਘਰ ਦੇ ਵਿੱਚ ਮੇਰੇ ਪਾਪਾ ਜੀ ਦੀ ਡੈਡ ਬਾਡੀ ਪਈ ਸੀ ਔਰ ਦੇਖ ਕੇ ਪੈਰਾਂ ਤੋਂ ਜ਼ਮੀਨ ਖਿਸਕ ਗਈ। ਜਿਵੇਂ ਕਿ ਮੈਂ ਦੱਸਿਆ ਕਿ ਮੇਰੇ ਐਗਜ਼ਾਮ ਸੀ ਔਰ ਸਭ ਕੁਛ ਉਲਝ ਗਿਆ ਸੀ ਔਰ ਸਮਝ ਨਹੀਂ ਲੱਗ ਰਿਹਾ ਸੀ ਕਿ ਕੀ ਕਰੀਏ। ਮਤਲਬ ਉਸ ਟਾਈਮ ਇੱਕ ਪਾਪਾ ਦੇ ਚਲੇ ਜਾਣ ਤੋਂ ਬਾਅਦ ਜੋ ਦੁੱਖ ਹੁੰਦਾ ਉਹ ਸਭ ਸਮਝ ਸਕਦੇ, ਜਿਨ੍ਹਾਂ ਦੇ ਪੇਰੈਂਟਸ ਨਹੀਂ ਹੁੰਦੇ ਉਹ ਸਮਝ ਸਕਦੇ ਕਿ ਕਿੰਨਾ ਵੱਡਾ ਘਾਟਾ ਪੈਂਦਾ ਆਪਾਂ ਨੂੰ। ਸੋ 18 ਮਈ ਨੂੰ ਮੇਰੇ ਮੰਮਾ ਜੀ ਨੇ ਮੈਨੂੰ ਹੌਸਲਾ ਦੇ ਕੇ ਕਿ ਤੁਸੀਂ ਐਗਜ਼ਾਮ ਨਹੀਂ ਛੱਡਣੇ, ਤੁਹਾਡੇ ਫਾਈਨਲ ਐਗਜ਼ਾਮ ਹੈ, ਤੁਸੀਂ ਐਗਜ਼ਾਮ ਜ਼ਰੂਰ ਦਿਓ ਔਰ ਕਿਵੇਂ ਨਾ ਕਿਵੇਂ ਮੈਂ ਐਗਜ਼ਾਮ ਦਿੱਤੇ। 18 ਮਈ ਨੂੰ ਮੈਂ ਵਾਪਸ ਚਲਾ ਗਿਆ, ਸਾਰਾ ਕੁਛ ਪਾਪਾ ਦੇ ਜੋ ਅੰਤਿਮ ਰਸਮਾਂ ਹੁੰਦੀਆਂ ਉਹ ਅਦਾ ਕਰਕੇ ਔਰ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਵਾਹਿਗੁਰੂ ਜੀ ਵੱਲੋਂ ਇੱਕ ਚਮਤਕਾਰ ਹੋਇਆ ਜਿਸਨੂੰ ਮੈਂ ਅੱਜ ਵੀ ਕਹਿੰਦਾ ਕਿ ਵਾਹਿਗੁਰੂ ਜੀ ਨੇ ਮੈਨੂੰ ਇੱਕ ਹੌਸਲਾ ਦੇਣ ਲਈ। ਜੋ ਮੈਂ 18 ਮਈ ਤੋਂ ਮੇਰੇ ਐਗਜ਼ਾਮ ਸ਼ੁਰੂ ਸੀ ਉਹਨਾਂ ਐਗਜ਼ਾਮ ਦੇ ਵਿੱਚ ਮੈਂ ਯੂਨੀਵਰਸਿਟੀ ਦੇ ਵਿੱਚ ਟੌਪ ਕੀਤਾ ਔਰ ਮੇਰੇ ਲਈ ਉਹ ਬਹੁਤ ਵੱਡਾ ਚਮਤਕਾਰ ਸੀ ਔਰ ਫਿਰ ਇੱਕ ਸਾਲ ਬਾਅਦ ਸਟੱਡੀ ਪੂਰੀ ਕਰਨ ਤੋਂ ਬਾਅਦ ਮੇਰੀ ਨਾਲ ਮੈਂ ਸਟੱਡੀ ਕੀਤੀ, ਨਾਲ ਮੈਂ ਜੌਬ ਕੀਤੀ। ਸਟੱਡੀ ਪੂਰੀ ਕਰਨ ਤੋਂ ਬਾਅਦ ਮੈਂ ਪਿੰਡ ਵਿੱਚ ਆਇਆ ਤਾਂ ਇੱਕ ਮਹਿਸੂਸ ਹੋਇਆ ਕਿ ਮੇਰੇ ਪਾਪਾ ਦੇ ਚਲੇ ਜਾਣ ਤੋਂ ਬਾਅਦ ਮੈਨੂੰ ਕਿੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਉਹ ਵੀ ਬੱਚੇ ਨੇ ਜਿਨ੍ਹਾਂ ਦੇ ਮਾਂ ਬਾਪ ਉਹਨਾਂ ਨੂੰ ਬੜੇ ਹੀ ਛੋਟੀ ਉਮਰ ਵਿੱਚ ਛੱਡ ਕੇ ਚਲੇ ਜਾਂਦੇ ਨੇ, ਮੇਰੀ ਉਮਰ ਤਾਂ ਫਿਰ ਵੀ ਚਲੋ 19 ਸਾਲ ਦੀ ਸੀ, ਮੈਂ ਆਪਣੇ ਆਪ ਨੂੰ ਸਟੇਬਲ ਕਰ ਲਿਆ। ਸਟੱਡੀ ਸੀ ਤਾਂ ਆਪਣਾ ਹੋਰ ਟਿਊਸ਼ਨ ਦੇ ਕੇ ਜਾਂ ਹੋਰ ਚੀਜ਼ਾਂ ਦੇ ਕੇ ਮੈਂ ਉਸ ਦੀ ਸ਼ੁਰੂਆਤ ਕੀਤੀ ਆਪਣੇ ਜੀਵਨ ਦੀ, 0 ਤੋਂ ਸ਼ੁਰੂ ਹੋਇਆ ਮੈਂ। ਔਰ ਉਸ ਟਾਈਮ ਇੱਕ ਮਨ ਦੇ ਵਿੱਚ ਖਿਆਲ ਆਇਆ ਕਿ ਇਹ ਬੱਚੇ ਨੇ ਜੋ ਜਿਨ੍ਹਾਂ ਦੇ ਮਾਂ ਬਾਪ ਛੋਟੀ ਉਮਰ ਚਲੇ ਜਾਂਦੇ ਨੇ ਔਰ ਉਹਨਾਂ ਦਾ ਜੀਵਨ ਕਿਵੇਂ ਬੀਤਦਾ ਹੋਣਾ, ਔਰ ਉਸਨੂੰ ਦੇਖਦੇ ਹੋਏ ਅਸੀਂ ਜੋ ਬੱਚਿਆਂ ਦੀ ਐਜੂਕੇਸ਼ਨ ਲਈ ਵਰਕ ਕਰਨਾ ਸ਼ੁਰੂ ਕੀਤਾ। 2016 ਦੇ ਵਿੱਚ ਅਸੀਂ ਸੰਦੀਪ ਕੁਲੀ ਚੈਰੀਟੇਬਲ ਸੁਸਾਇਟੀ, ਸੰਦੀਪ ਕੁਲੀ ਮੇਰੇ ਫਾਦਰ ਦਾ ਨਾਮ ਹੈ, ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇੱਕ ਸੰਸਥਾ ਜੋ ਇੱਕ ਆਰਗਨਾਈਜੇਸ਼ਨ ਦਾ ਰੂਪ ਦਿੱਤਾ, ਉਸਨੂੰ ਕੋਸ਼ਿਸ਼ ਕੀਤੀ ਕਿ ਜੋ ਬੱਚੇ ਹੈ, ਜੋ ਸਾਡਾ ਮਿਸ਼ਨ ਹੈ ਉਹ ਹੈ ਭਿੱਖਿਆ ਦੇ ਰਾਹ ਤੋਂ ਸਿੱਖਿਆ ਦੇ ਰਾਹ ਦੀ, ਫਰੋਮ ਬੈਗਿੰਗ ਟੂ ਦਾ ਵੇ ਆਫ ਐਜੂਕੇਸ਼ਨ, ਉਸਦੀ ਸ਼ੁਰੂਆਤ ਕੀਤੀ। ਤਾਂ ਸਾਡੇ ਨਾਲ ਕਾਫਲਾ ਜੁੜਦਾ ਗਿਆ, ਅਸੀਂ ਸ਼ੁਰੂਆਤ ਕੀਤੀ 6 ਬੱਚਿਆਂ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ, ਸ਼ਾਮ ਨੂੰ ਅਸੀਂ ਕਲਾਸਿਸ ਫ੍ਰੀ ਟਿਊਸ਼ਨਸ ਦੇਣੀਆਂ ਸ਼ੁਰੂ ਕੀਤੀਆਂ। ਅਸੀਂ ਪਿਛਲੇ 4-4.5 ਸਾਲ ਤੋਂ ਬਿਲਕੁਲ ਫ੍ਰੀ ਟਿਊਸ਼ਨਸ ਦੇ ਰਹੇ ਹਾਂ। ਜੋ ਬੱਚੇ ਹੈ, ਜੋ ਆਰਫਨ ਕਿਡਸ ਨੇ ਜਾਂ ਜ਼ਰੂਰਤਮੰਦ ਬੱਚੇ ਨੇ ਜਿਹੜੇ ਨਹੀਂ ਪੜ੍ਹ ਸਕਦੇ, ਸਕੂਲਾਂ ਦੇ ਵਿੱਚ ਅਸੀਂ ਸੁੰਦਰ ਲਿਖਾਈ ਪ੍ਰਤੀਯੋਗਿਤਾ ਔਰ ਹੋਰ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਸਮੇਂ 'ਤੇ ਅਸੀਂ ਇਸ ਕੈਂਪੇਨ ਨੂੰ ਅੱਗੇ ਵਧਾਉਂਦੇ ਗਏ, ਜੋ ਹੈ ਮਿਸ਼ਨ ਸਿੱਖਿਆ ਦੇ ਰਾਹ ਤੋਂ ਸਿੱਖਿਆ ਦੇ ਰਾਹ 'ਤੇ। ਫਿਰ ਅਸੀਂ ਹੋਰ ਅਲੱਗ ਅਲੱਗ ਜਿਵੇਂ ਮਲੋਟ ਸ਼ਹਿਰ ਦੇ ਵਿੱਚ ਜੋ ਝੁੱਗੀ ਝੌਂਪੜੀ ਵਾਲੇ ਬੱਚੇ ਹੁੰਦੇ ਨੇ, ਸਲੰਮ ਏਰੀਆ ਕਿਡਸ, ਉਹਨਾਂ ਨੂੰ ਅਸੀਂ ਸ਼ੁਰੂਆਤ ਕੀਤੀ, ਬੱਚਿਆਂ ਨੂੰ ਜੋ ਹੈ ਐਜੂਕੇਸ਼ਨ ਨਾਲ ਜੋੜਨ ਦੀ। ਜਿਨ੍ਹਾਂ ਬੱਚਿਆਂ ਦੇ ਹੱਥ ਵਿੱਚ ਇੱਕ ਕੂੜੇ ਦਾ ਲਿਫਾਫਾ ਹੁੰਦਾ ਸੀ ਜੋ ਕੂੜਾ ਚੱਕਦੇ ਸੀ, ਉਹਨਾਂ ਨੂੰ ਕੋਸ਼ਿਸ਼ ਕੀਤੀ ਅਸੀਂ ਹੌਲੀ ਹੌਲੀ ਪੜ੍ਹਾਈ ਦੇ ਨਾਲ ਨਾਲ ਜੋੜਿਆ ਜਾਵੇ, ਕਿਉਂਕਿ ਮੇਰੀ ਸੋਚ ਇਹ ਹੈ ਕਿ ਇੱਕ ਖੁਸ਼ਬੂ ਦਾ ਮਜ਼ਾ, ਬਦਬੂ ਦੇ ਵਿੱਚ ਰਹਿ ਕੇ ਉਹ ਇੱਕ ਖੁਸ਼ਬੂ ਉਹਨਾਂ ਨੂੰ ਦਿਖਾਈ ਔਰ ਤਾਂ ਕਿ ਉਹ ਖੁਸ਼ਬੂ ਨੂੰ ਮਹਿਸੂਸ ਕਰ ਸਕਣ, ਉਹ ਅਹਿਸਾਸ ਕਰ ਸਕਣ ਕਿ ਇੱਕ ਇਹ ਵੀ ਜ਼ਿੰਦਗੀ ਹੈ। ਉਹਨਾਂ ਨੂੰ ਇੱਕ ਸੁਪਨਾ ਦਿਖਾਇਆ ਗਿਆ ਔਰ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਸੀਂ ਐਜੂਕੇਸ਼ਨ ਨਾਲ ਜੋੜਿਆ ਗਿਆ, ਕਿਉਂਕਿ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਇੱਕ ਐਜੂਕੇਸ਼ਨ ਹੀ ਇਹੋ ਜਿਹਾ ਮਾਧਿਅਮ ਹੈ ਜਿਸ ਨਾਲ ਅਸੀਂ ਆਪਣੇ ਸੰਸਾਰ ਵਿੱਚੋਂ, ਅਸੀਂ ਆਪਣੇ ਪੰਜਾਬ ਵਿੱਚੋਂ, ਭਾਰਤ ਹਿੰਦੁਸਤਾਨ ਵਿੱਚੋਂ ਅਸੀਂ ਜੋ ਹੈ ਭੈੜੀਆਂ ਕੁਰੀਤੀਆਂ ਨੂੰ ਖਤਮ ਕਰ ਸਕਦੇ ਹਾਂ। ਅਨਪੜ੍ਹਤਾ ਨੂੰ ਦੂਰ ਕਰਕੇ ਹੀ ਇਹਨਾਂ ਕੁਰੀਤੀਆਂ ਨੂੰ ਖਤਮ ਕੀਤਾ ਜਾ ਸਕਦਾ। ਸੋ ਸਾਡਾ ਜੋ ਮਿਸ਼ਨ ਹੈ ਉਹ ਇਹੀ ਹੈ ਕਿ ਹਰ ਬੱਚੇ ਨੂੰ ਹਰ ਘਰ ਦੇ ਵਿੱਚ ਇੱਕ ਵਿੱਦਿਆ ਦਾ ਚਾਨਣਾ ਪਾਇਆ ਜਾਵੇ, ਤਾਂ ਕਿ ਬੱਚੇ ਆਪਣੀ ਕੋਸ਼ਿਸ਼ ਕਰ ਸਕਣ ਅੱਗੇ ਵਧਣ ਦੀ, ਆਪਣੀ ਜ਼ਿੰਦਗੀ ਨੂੰ ਬਦਲ ਸਕਣ, ਆਪਣੇ ਮਾਂ ਬਾਪ ਦੀ ਜ਼ਿੰਦਗੀ ਨੂੰ ਬਦਲ ਸਕਣ। ਇਹੀ ਮੇਰੀ ਪੋਜ਼ਿਟਿਵ ਸਟੋਰੀ ਹੈ ਔਰ ਇਹੀ ਮੈਸੇਜ ਦੇਣਾ ਚਾਹੂੰਗਾ ਕਿ ਆਪਾਂ ਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ, ਵਾਹਿਗੁਰੂ 'ਤੇ ਵਿਸ਼ਵਾਸ ਰੱਖਣਾ ਚਾਹੀਦਾ, ਗੁਰਬਾਣੀ ਨਾਲ ਜੁੜੇ ਰਹਿਣਾ ਚਾਹੀਦਾ, ਹਮੇਸ਼ਾ ਉੱਦਮ ਕਰਨਾ ਚਾਹੀਦਾ। ਔਰ ਅੱਜ ਮੈਂ ਵੈਲ ਸੈਟਲਡ ਵੀ ਹਾਂ, ਮੇਰਾ ਆਈਲੈਟਸ ਇੰਸਟੀਟਿਊਟ ਹੈ ਖੁੱਦ ਦਾ, ਨਾਲ ਨਾਲ ਅਸੀਂ ਬੱਚਿਆਂ ਨੂੰ ਜੋ ਹੈ ਈਵਨਿੰਗ ਕੈਂਪੇਨ, ਜੋ ਈਵਨਿੰਗ ਕਲਾਸਿਸ ਨੇ ਉਹ ਦੇ ਰਹੇ ਹਾਂ। ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਬੱਚੇ ਨੂੰ ਜੋੜਿਆ ਜਾਵੇ ਔਰ ਇਹੀ ਕਹਿੰਦੇ ਹੋਏ ਮੈਂ ਤੁਹਾਡੇ ਤੋਂ ਬਹੁਤ ਬਹੁਤ ਧੰਨਵਾਦ।
please subscribe to our YouTube channel and press the bell icon for the latest updates.